ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਜੀ ਕਿਵੇਂ ਠੀਕ ਠਾਕ ਹੋ ਹਾਂਜੀ ਠੀਕ ਠਾਕ ਐ ਸਫਰ ਕਿਵੇਂ ਰਿਆ ਸਫਰ ਤਾਂ ਤੁਹਾਨੂੰ ਪਤਾ ਹੀ ਐ ਬਹੁਤ ਵਧੀਆ ਰਿਆ ਪਰ ਗਰਮੀ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਹੈ ਗਰਮੀ ਤਾਂ ਇੱਥੇ ਹੈਗੀ ਐ ਜੀ ਦੇਖੋ ਇੱਥੇ ਤਾਂ ਇਹ ਸਮਝ ਲਓ ਵੀ ਸਕੋ ਨਾ ਹੁਣ ਤਾਂ ਗਰਮੀ 8-9 ਮਹੀਨੇ ਪੈਣ ਲੱਗ ਗਈ ਬਹੁਤ ਜ਼ਿਆਦਾ ਹੋਰ ਕੈਨੇਡਾ ਤੋਂ ਕਦੇ ਕਦੋਂ ਆਏ ਕੈਨੇਡਾ ਤੋਂ ਹੋ ਗਏ 2-3 ਦਿਨ ਹੀ ਹੋਏ ਐ ਬਸ ਥੱਕ ਗਏ ਸੀ ਫਿਰ ਇੱਧਰ ਚੱਕਰ ਨਹੀਂ ਵੱਜਿਆ ਹਾਂਜੀ ਹਾਂ ਤੇ ਫਿਰ ਮੈਂ ਕਿਹਾ ਚਲੋ ਹੁਣ ਜਾਈਏ ਆਪਦੇ ਘਰ ਵੱਲ ਪਲਾਟ ਵੱਲ ਉਧਰ ਘਰ ਬਣ ਰਿਹਾ ਮਤਲਬ ਆਹੋ ਹੁਣ ਪਲਾਟ ਕਿਉਂ ਕਹਿੰਦੇ ਹੋ ਜੀ 6 ਮਹੀਨੇ ਹੋ ਗਏ ਹੁਣ ਤਾਂ ਬਣਦੇ ਇਹਨੂੰ ਉਹ ਪਤਾ ਨਹੀਂ ਕੀ ਗੱਲ ਹੈ ਜੀ ਬਸ ਉਹ ਦਿਮਾਗ ਚ ਪਲਾਟ ਹੀ ਵਸਿਆ ਹੋਇਆ ਹਾਂ ਘਰ ਬਣਦੇ ਨੇ ਤਾਂ ਕਈ ਦਿਨ ਹੋ ਗਏ ਮੈਂ ਕਿਹਾ ਚਲੋ ਨਾਲੇ ਦੇਖ ਆਉਨੇ ਆ ਆਹ ਰਿਹਾ ਜੀ ਕਿੰਨਾ ਕੁ ਬਣਾ ਲਿਆ ਘਰ-ਵਾਰ ਘਰ ਤਾਂ ਪੂਰਾ ਕਿਹਦੇ ਰਹਿੰਦਾ ਹਾਂ ਬਸ ਦੁਬਾਰਾ ਹੋ ਗਿਆ ਸਾਰਾ ਕੁਝ ਬਸ ਲਪਾਈ ਲਪਾਈ ਰਹਿੰਦੀ ਹੈ ਹਾਂ ਅੱਛਾ ਤੇ ਉੱਪਰਲਾ ਲੈਂਟਰ ਲੁੰਟਰ ਜਿਹੜਾ ਹੋ ਆਪਾਂ ਕੰਪਲੀਟ ਹੈ ਲਗ ਭਾਗ ਆਪਾਂ ਇਹ ਲਾਲਾ ਸਾਹਿਬ ਵੀ ਬਿਲਕੁਲ ਹੁਣ ਜਿਹੜਾ ਇਹ ਫਿਨਿਸ਼ਿੰਗ ਦਾ ਕੰਮ ਜ਼ਿਆਦਾ ਰ ਦੇ ਬਹੁਤ ਵਧੀਆ ਦੇਖੋ ਜੀ ਠੇਕੇਦਾਰ ਐਵੇਂ ਨਹੀਂ ਸਾਨੂੰ ਵਧੀਆ ਠੇਕੇਦਾਰ ਕਹਿੰਦੇ ਉਹ ਤਾਂ ਮੈਨੂੰ ਪਤਾ ਹੈ ਮੈਂ ਤਾਂ ਹੀ ਤਾਂ ਅੱਖ ਬੰਦ ਕਰਕੇ ਤੁਹਾਡੇ ਤੇ ਵਿਸ਼ਵਾਸ ਕਰ ਲਿਆ ਸੀਗਾ ਵੀ ਚਲੋ ਵੀ ਤੁਸੀਂ ਵਧੀਆ ਹੀ ਬਣਾਉਂਗੇ ਹਾਂ ਆਹ ਪੂਰੀ ਕਲੋਨੀ ਜੀ ਸਾਡੀ ਬਣੀ ਹੋਈ ਹੈ ਅੱਛਾ ਮੈਂ ਬਣਾਈ ਹੈ ਜੀ ਹਾਂ ਅੱਛਾ ਅੱਛਾ ਨਹੀਂ ਬਹੁਤ ਸੋਹਣੀ ਬਣਾ ਰੱਖੀ ਤੁਸੀਂ ਬਹੁਤ ਵਧੀਆ ਬਣਾ ਰੱਖੀ ਹੈ ਐਵੇਂ ਨਹੀਂ ਜੀ ਕੰਮ ਮਿਲਦਾ ਚੰਗਾ ਕੰਮ ਕਰਦੇ ਆ ਫੇਰ ਹੀ ਲੋਕ ਕੰਮ ਕਰਵਾਉਂਦੇ ਆ ਇਹ ਤਾਂ ਹੈ ਪਤਾ ਸ਼ਹਿਰ ਆਪਾਂ ਬਣਾਇਆ ਹੋਇਆ ਜੀ ਅੱਛਾ ਅੱਛਾ ਵੱਡੇ ਵੱਡੇ ਟਾਵਰ ਬਿਲਡਿੰਗਾਂ ਇਹ ਤੁਹਾਡੀਆਂ ਬਣਾਈਆਂ ਹਾਂ ਹਾਂ ਸਾਰੀ ਹਾਂ ਉਹ ਤਾਂ ਹੀ ਤਾਂ ਮੈਂ ਆਪੇ ਠ ਦੀ ਗੱਲ ਹੈ ਤਾਂ ਹੀ ਤਾਂ ਮੈਂ ਨਾ ਤੁਹਾਡੇ ਤੇ ਵਿਸ਼ਵਾਸ ਕੀਤਾ ਹਾਂ ਉਹ ਤਾਂ ਹੈ ਜੀ ਹਾਂ 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 ਮੈਂ ਕਿਹਾ ਨਹੀਂ ਆਪਾਂ ਇਹਨਾਂ ਤੋਂ ਜਿਹੜੇ ਹੈਗੇ ਨੇ ਠੇਕੇਦਾਰ ਜੀ ਬਹੁਤ ਵਧੀਆ ਨੇ ਮੈਂ ਕਿਹਾ ਆਪਾਂ ਇਹਨਾਂ ਤੋਂ ਹੀ ਕੰਮ ਕਰਵਾਉਣਾ ਹੈ ਕੰਮ ਨੂੰ ਸਲਾਮਾ ਨੇ ਜੀ ਹਾਂ ਹਾਂ ਜੀ ਇਹ ਤਾਂ ਹੈ ਘਰ ਕੰਮ ਮੈਂ ਤਾਂ ਜੀ ਸਾਰੇ ਪੁੱਛਦੇ ਆ ਤੇ ਅੱਧਾ ਕੰਮ ਤਾਂ ਵੇਟਿੰਗ ਚ ਪਿਆ ਜੀ ਹਾਂ ਅੱਛਾ ਅੱਛਾ ਆ ਥੋੜਾ ਹੁਣ ਘਰ ਬਣਿਆ ਜੀ ਦੇਖ ਲਓ ਨਾ ਲੋਕ ਦੇਖ-ਦੇਖ ਕੇ ਜਾਂਦੇ ਆ ਅੱਛਾ ਅੱਛਾ ਵੀ ਯਾਰ ਕਿਆ ਕਰਾ ਆ ਜਗ੍ਹਾ-ਜਗ੍ਹਾ ਆਪਣੇ ਕੰਮ ਚੱਲ ਰਿਹਾ ਜੀ ਇੱਧਰ ਵੀ ਅੱਛਾ ਅੱਛਾ ਉੱਧਰ ਵੀ ਹਾਂ ਅੱਛਾ ਫਿਰ ਮੈਨੂੰ ਤਾਂ ਕਾਫੀ ਦਿਨ ਲੱਗ ਗਏ ਸੀ ਨਾ ਤੇ ਵੀਡੀਓ ਕਾਲ ਵੀ ਨਹੀਂ ਮੈਂ ਤੁਹਾਨੂੰ ਕਰ ਸਕੀ ਤੁਹਾਨੂੰ ਹਾਂ ਕੈਨੇਡਾ ਤੋਂ ਥੋੜੋ ਦੇਖੋ ਬਹੁਤ ਮੁਸ਼ਕਲ ਤੁਹਾਨੂੰ ਮੈਂ ਵੀਡੀਓ ਕਾਲ ਤੇ ਦਿਖਾਉਂਦਾ ਰਿਹਾ ਵੈਸੇ ਘਰ ਹੈ ਹੂੰ 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 ਐਸੀ ਗੱਲ ਤਾਂ ਨਹੀਂ ਹੈਗੀ ਹਾਂ ਉਹ ਮੈਂ ਇਹਨਾਂ ਧਿਆਨ ਜਾਂ ਨਹੀਂ ਕੀਤਾ ਨਾ ਉਹ ਤਾਂ ਬਸ ਤੁਹਾਨੂੰ ਪਤਾ ਹੈ ਉੱਥੋਂ ਕੈਨੇਡਾ ਦੇ ਵਿੱਚ ਕਿੰਨੇ ਕੰਮ ਕਾਜ ਨੇ ਬੀਜੀ ਇੰਨਾ ਰਹੀਦਾ ਹਾਂ ਆ ਆ ਵੀ ਮਕਾਨ ਮੇਰਾ ਬਣਾਇਆ ਹੋਇਆ ਜੀ ਅੱਛਾ ਇਹ ਵੀ ਤੁਸੀਂ ਬਣਾਇਆ ਹਾਂ ਹਾਂ ਬਹੁਤ ਸੋਹਣਾ ਬਣਾਇਆ ਹੈ ਇਧਰਲਾ ਨਾਲ ਵਾਲਾ ਵੀ ਜੀ ਅੱਛਾ ਅੱਛਾ ਤੇ ਆ ਦੇਖੋ ਜੀ ਆਹ ਥੋੜਾ ਆ ਦੇਖੋ ਕਿੱਡਾ ਸੋਹਣਾ ਲੋਕ ਨਾ ਖੜ ਖੜ ਕੇ ਦੇਖਦੇ ਆ ਵੀ ਯਾਰ ਮਕਾਨ ਬਣਾਇਆ ਕਿਆ ਚੀਜ਼ ਬਣਾਈ ਹੈ ਆਜੋ ਆਜੋ ਅੱਗੇ ਆ ਆਹਾ ਹਾਂ ਆਹਾ ਆਹ ਦੇਖੋ ਆਹਾ ਜੀ ਆ ਦੇਖੋ ਆ ਮਕਾਨ ਚਾਰ ਮੰਜ਼ਲ ਬਣਾਇਆ ਦੇਖੋ ਹੁਣ ਮੈਂ ਤੈਨੂੰ ਕੀ ਅੱਖਾਂ ਕਿਉਂ ਮੂਰਖ ਬੰਦਿਆ ਤੈਨੂੰ ਕਿਹਨੇ ਠੇਕੇਦਾਰ ਬਣਾਤਾ ਹੈ ਕਿਉਂ ਕਮੀ ਦਾ ਸੁਖੀ ਅੰਦਰ ਜਾ ਕੇ ਜਿਹੜਾ ਖੜਾ ਹੈ ਇੱਧਰ ਸੀਗਾ ਆ ਪਲਾਟ ਨਹੀਂ ਹੈਗਾ ਤੁਸੀਂ ਸਾਡਾ ਪਰ ਨਹੀਂ ਤੁਸੀਂ ਨਕਸ਼ੇ ਦੇ ਅਨੁਸਾਰ ਜਿਹੜਾ ਮੈਨੂੰ ਦਿਖਾਇਆ ਸੀ ਆਹੀ ਹੈ ਤੁਸੀਂ ਅੰਦਰ ਜਾ ਕੇ ਦੇਖੋ ਇਹਦਾ ਨਕਸ਼ਾ ਦੇਖੋ ਤੁਸੀਂ ਅੰਦਰ ਜਾ ਕੇ ਮੈਂ ਕੀ ਵੇਖਾਂ ਤੂੰ ਪਤਾ ਨਹੀਂ ਕਿਹਦੇ ਪਲਾਟ ਦੇ ਵਿੱਚ ਜਗ੍ਹਾ ਦੇ ਵਿੱਚ ਬਣਾਈ ਜਾਂਦੇ ਮੈਂ ਜਿਹੜਾ ਨਕਸ਼ਾ ਭੇਜਿਆ ਸੀ ਮੈਂ ਉਸੇ ਨਕਸ਼ੇ ਤੇ ਬਣਾਇਆ ਹੈ ਔਰ ਕੁਝ ਨਕਸ਼ਾ ਦੇਖੋਗੇ ਗੁਣੀਆਂ ਇੱਕੋ ਦਾ ਮੈਂ ਐਕੂਰੇਟ ਜਗ੍ਹਾ ਤੇ ਸਾਰੀ ਚੀਜ਼ ਬਣਾਈ ਹੈ ਜੀ ਐਕੂਰੇਟ ਸਾਰੀ ਜਗ੍ਹਾ ਤੇ ਬਣਾਈ ਹੈ ਮੈਂ ਹੁਣ ਉਸ ਦਾ ਕੀ ਕਰਾਂ ਇਸ ਮਕਾਨ ਦਾ ਕਿਉਂ ਤੂੰ ਤਾਂ ਸਾਡਾ ਜਿਹੜਾ ਸਾਰਾ ਸਮਾਨ ਸੀ ਉਹ ਵੀ ਸੱਤਿਆਨਾਸ਼ ਕਰਕੇ ਦੇਤਾ ਹੈ ਕੀ ਮੈਂ ਸਮਝਿਆ ਨਹੀਂ ਕੀ ਕਹਿੰਦੇ ਹੋ ਸਾਡਾ ਪਲਾਟ ਆ ਨਹੀਂ ਸੀਗਾ ਸਾਡਾ ਪਲਾਟ ਆ ਸੀਗਾ ਆ ਖਾਲੀ ਪਲਾਟ ਪਿਆ ਜਰਾ ਆਹੋ ਐ ਪਲਾਟ ਤੁਹਾਡਾ ਨਹੀਂ ਹੈਗਾ ਇਹ ਸਾਡਾ ਨਹੀਂ ਹੈਗਾ ਤੈਨੂੰ ਚੰਗੀ ਤਰ੍ਹਾਂ ਪਤਾ ਨਹੀਂ ਲੱਗਿਆ ਨਹੀਂ ਐ ਤਾਂ ਨਹੀਂ ਹੋ ਸਕਦਾ ਬਈ ਮੈਂ ਕੀ ਕਰਾਂ ਤੁਸੀਂ ਨਕਸ਼ਾ ਭੇਜਿਆ ਸੀ ਨਕਸ਼ਾ ਭੇਜਿਆ ਤੁਸੀਂ ਨਕਸ਼ੇ ਦੇ ਅਨੁਸਾਰ ਚੱਲੇ ਨਹੀਂ ਮੈਂ ਹੁਣ ਤੇਰੇ ਉਹ ਨਕਸ਼ਾ ਫਿਰ ਮੈਂ ਇਹ ਪਲਾਟ ਤੁਹਾਡਾ ਨਹੀਂ ਹੈਗਾ ਇਹ ਸਾਡਾ ਨਹੀਂ ਹੈਗਾ ਇਹ ਤੂੰ ਗਲਤ ਕੰਮ ਕੀਤਾ ਹੈ ਤੇਰੇ ਵਾਸਤੇ ਬਹੁਤ ਵੱਡੀ ਗਲਤੀ ਹੈ ਇਹ ਐ ਦੀ بجائے ਨਕਸ਼ਾ ਦੇਖਣ ਦੀ بجائے ਉਹਨੂੰ ਐ ਦੇਖ ਬੈਠਾ ਮੇਰੇ ਹਿਸਾਬ ਨਾਲ ਐਂ ਤੂੰ ਕਿਉਂ ਦੇਖ ਬੈਠਾ ਜਿਹੜਾ ਠੇਕੇਦਾਰ ਹੁੰਦਾ ਹੈ ਨਾ ਪੂਰਾ ਵਧੀਆ ਤਰੀਕੇ ਨਾਲ ਕੰਮ ਕਰਦਾ ਐਸ ਦਾ ਮਤਲਬ ਮੈਂ ਬਾਹਰ ਬੈਠੀ ਐ ਤਾਂ ਮੈਂ ਸਾਡਾ ਪਲਾਟ ਭੁੱਲ ਗਈ ਹੈ ਮੈਨੂੰ ਇੱਕੋ ਰੇਟ ਇੱਕ ਇੱਕ ਚੀਜ਼ ਜਿਆਦਾ ਸਾਡੀ ਸਾਰੀ ਰਜਿਸਟਰੀ ਪਈ ਹੈ ਸਾਡੇ ਕੋਲੇ ਉਸੇ ਹਿਸਾਬ ਨਾਲ ਬਣਾਉਣਾ ਸੀ ਤੂੰ ਪਰ ਇੱਕ ਮੈਨੂੰ ਸਮਝ ਨਹੀਂ ਆਈ ਦੇਖੋ ਜੀ ਚਲੋ ਤੁਸੀਂ 2-3 ਸਾਲਾਂ ਤੋਂ 2 ਸਾਲਾਂ ਤੋਂ ਤੁਸੀਂ ਕੈਨੇਡਾ ਗਈ ਹੋ। ਮੈਂ ਤਾਂ ਬਹੁਤ ਮੇਰਾ ਤਾਂ ਦਿਮਾਗ ਖਰਾਬ ਕਰਤਾ ਇੱਕ ਤਾਂ ਇੱਥੇ ਗਰਮੀ ਬਹੁਤ ਜ਼ਿਆਦਾ ਇੱਕ ਤੂੰ ਘਰ ਹੋਰ ਬਣਾ ਕੇ ਕਿਸੇ ਦੀ ਜਗ੍ਹਾ ਦੇ ਵਿੱਚ ਤੇ ਇੱਕ ਤੂੰ ਮੇਰਾ ਉਹ ਦਿਮਾਗ ਖਰਾਬ ਕਰਤਾ। ਨਾ ਮੈਡਮ ਇੱਕ ਗੱਲ ਸੁਣੋ ਮੇਰੀ ਜਦੋਂ ਮੈਂ ਹਾਂ ਖਾਲੀ ਪਲਾਟ ਤੇ ਮਕਾਨ ਬਣਾਇਆ ਹੈ। ਹਾਂ ਇੱਥੇ ਤਾਂ ਕੋਈ ਦੇਖਣ ਵਾਲਾ ਵੀ ਨਹੀਂ ਆਇਆ ਇਹਦਾ ਮਾਲਕ ਘਾਟੋ-ਗਾਟੇ ਦਾ ਮਾਲਕ ਤਾਂ ਆਉਂਦਾ ਵੀ ਸਾਡੇ ਖਾਲੀ ਜਗ੍ਹਾ ਤੇ ਕਿਵੇਂ ਬਣਾ ਰਿਹਾ ਹੈ ਭਾਈ? ਕੋਈ ਨਹੀਂ ਆਇਆ। ਮੇਰੀ ਗੱਲ ਸੁਣੋ ਠੇਕੇਦਾਰ ਸਾਹਿਬ ਮੇਰੀ ਗੱਲ ਸੁਣੋ। ਇਹ ਇਹ ਪਲਾਟ ਅਸੀਂ ਦੋਵਾਂ ਨੇ ਇਕੱਠੇ ਲਈ ਸੀ ਇਹ ਸਾਡੇ ਨਾਲ ਦੇ ਇਹ ਜਰ ਅਸੀਂ ਕੈਨੇਡਾ ਚਲੇ ਗਏ ਸੀ ਠੀਕ ਹੈ ਨਾ ਇਹ ਹੁਣ ਜਰਮਨ ਦੇ ਵਿੱਚ ਰਹਿੰਦੇ ਐ ਠੀਕ ਹੈ ਹਾਂ ਤੇ ਤੂੰ ਤਾਂ ਉਸੇ ਹਿਸਾਬ ਨਾਲ ਇਹ ਵਿਚਾਰੇ ਹੁਣ ਕਿੱਥੋਂ ਵੇਖਣ ਆਉਂਦੇ ਬਾਹਰਲੇ ਮੁਲਕ ਤੋਂ ਉਹ ਫਿਰ ਤੁਹਾਨੂੰ ਸੰਭਾਲ ਦੇ ਰੱਖਿਆ ਸੀ ਉਹਨਾਂ ਨੇ ਉਹ ਸਾਨੂੰ ਸੰਭਾਲ ਰੱਖਿਆ ਸੀ ਕਹਿੰਦੇ ਕਿ ਤੁਸੀਂ ਸਾਡੇ ਘਰ ਦਾ ਧਿਆਨ ਰੱਖਿਓ ਇੱਥੇ ਜਗਾ ਦਾ ਧਿਆਨ ਰੱਖੋ ਤੂੰ ਮੂਰਖ ਬੰਦਿਆ ਸਾਡੇ ਤਾਂ ਤੂੰ ਉਹ ਕਰਵਾਤੀ ਨਾ ساری ਉਮਰ ਦੀ ਆਪ ਦਾ ਵੇਖੀ ਗੰਡ ਪਵਾਤੀ ਨਾ ਸਾਡੇ ਤਾਂ ਹੁਣ ਤੁਸੀਂ ਹੈ ਉਹ ਚਲੋ ਫਿਰ ਉਹਨੇ ਇਹ ਤਾਂ ਫਿਰ ਹੁਣ ਮੈਡਮ ਜੀ ਤੁਸੀਂ ਤੁਹਾਨੂੰ ਸੰਭਾਲ ਕੇ ਗਏ ਸੀ ਸਾਨੂੰ ਚੰਗੀ ਤਰ੍ਹਾਂ ਦੱਸ ਦੇ ਵੀ ਆਹ ਆ ਰੋਲਾ ਸੀ ਇਧਰ ਹਾਂ ਆਰੋੜਾ ਕੀ ਸੀਗਾ ਹੁਣ ਮੈਂ ਉਹਨੂੰ ਕੀ ਜਵਾਬ ਦੇਵਾਂਗੀ ਅਗਲੀ ਨੂੰ ਹੈ ਔੜੇ ਦਾ ਆਹੀ ਹੈ ਵੀ ਜਾਂ ਤਾਂ ਫਿਰ ਇਹਨੂੰ ਇੱਕ ਹੈ ਸੋਲੂਸ਼ਨ ਮੇਰੇ ਕੋਲੇ ਕੀ ਹੈ ਗਿਆ ਦੱਸੋ ਵੀ ਆਪਾਂ ਢਾਕੇ ਤੇ ਇਧਰਲੇ ਪਾਸੇ ਬਣਾ ਦਿੰਨੇ ਆ ਪੈਸਾ ਆਪ ਲਾ ਦੇਗਾ ਸਾਰਾ ਜਿਹੜਾ ਤੂੰ ਸਾਰਾ ਅਸੀਂ ਤੈਨੂੰ ਪੈਸਾ ਦਿੱਤਾ ਸੀ ਕਿਟਾਂ ਰੋੜੇ ਸੀਮੈਂਟ ਬਜਰੀ ਰੋੜਾ ਜਿਹੜਾ ਉਹ ਸੀਗਾ ਉਹ ਸੀਮੈਂਟ ਸੀਮੈਂਟ ਤੇ ਥੋੜਾ ਹੋ ਜਿਹੜਾ ਆ ਉਹ ਰੇਤਾ ਰੂਤਾ ਉਹ ਲੱਗੂ ਹੈ ਕਿਉਂ ਲੱਗੂਗਾ ਮੈਂ ਨਹੀਂ ਦਿੰਦੀ ਇੱਕ ਵੀ ਪੈਸਾ ਭਾਈ ਤੈਨੂੰ ਠੀਕ ਹੈ ਨਾ ਤੇ ਆ ਸਾਰਾ ਹੁਣ ਇੱਧਰ ਸ਼ੁਰੂ ਕਰਦੇ ਮਕਾਨ ਬਣਾਉਣਾ ਸਾਡਾ ਠੀਕ ਹੈ ਇੱਕ ਪੈਸਾ ਨਹੀਂ ਮਿਲੂਗਾ ਤੈਨੂੰ ਮੈਂ ਹੁਣ ਦੱਸ ਗਰੀਬੰਦਾਂ ਕਿੱਥੋਂ ਲਿਆਉਂਗਾ ਤਗਰੀਬੰਦਾਂ ਤੇ ਤੂੰ ਪਹਿਲਾਂ ਆਪਦਾ ਕੰਮ ਕਰਨਾ ਸੀਗਾ ਚੰਗੀ ਤਰ੍ਹਾਂ ਵੇਖ ਕੇ ਹੈ ਚਲ ਐਂ ਕਰਦੇ ਆ ਇੱਕ ਹੋਰ ਮੇਰੇ ਸੋਲੂਸ਼ਨ ਚ ਹੈ ਕੀ ਹੈ ਉਹ ਦੁਨੀਆ ਐ ਕਰੀ ਜਾਂਦੀ ਐ ਉਹ ਜਰਮਨ ਚ ਬੈਠੇ ਆ ਉਹਨਾਂ ਨੂੰ ਕੀ ਪਤਾ ਹੈ ਹੈ ਹੂੰ ਤੇ ਉਸ ਤੇ ਕਬਜ਼ਾ ਕਰ ਲਓ ਉਹਨਾਂ ਨੇ ਕੀ ਤੇ ਦੇਖਣ ਆਉਣਾ ਹੈ ਹਾਂ ਮੇਰੀ ਗੱਲ ਸੁਣੋ ਭਾਈ ਕਬਜ਼ਾ ਕਿਵੇਂ ਕਰ ਲਈਏ ਜਰਮਨ ਵਾਲਿਆਂ ਨੇ ਤਾਂ ਮੇਰੇ ਤੇ ਛੱਡਿਆ ਹੋਇਆ ਸੀਗਾ ਕਿ ਸਾਡੇ ਪਲਾਟ ਦੀ ਤੁਸੀਂ ਦੇਖਭਾਲ ਕਰਨੀ ਹੈ ਤੇ ਅਸੀਂ ਉਹਦੇ ਵਿੱਚ ਮਕਾਨ ਬਣਾ ਕੇ ਬੈਠ ਗਏ ਤਾਂ ਉਹ ਸਾਡੇ ਤੇ ਸੁਆਗਤ ਤੋਂ ਵਿਸ਼ਵਾਸ ਕਰਨਗੇ ਪਾਈਏ ਐਡੀ ਐ ਮੈਂ ਤਾਂ ਦੇਖਿਆ ਖਾਲੀ ਪਲਾਟ ਦੇ ਦੁਨੀਆ ਕਬਜ਼ੇ ਕਰਨ ਲਈ ਕੌਣ ਦੇਖਦਾ ਅਸੀਂ ਨਹੀਂ ਇਹੋ ਜਿਹਾ ਕੰਮ ਕਰਦੇ ਠੀਕ ਹੈ ਇਹ ਵੀ ਬਣ ਜੂਗਾ ਉਹ ਵੀ ਬਣ ਜੂਗਾ ਦੋਨੋਂ ਬਣ ਜੂਗਾ ਇਹ ਮੈਨੂੰ ਨਹੀਂ ਪਤਾਗਾ ਤੂੰ ਹੁਣ ਇੱਥੇ ਸਾਰਾ ਮੈਂ ਤਾਂ ਤੁਹਾਨੂੰ ਐ ਤਰੀਕਾ ਦੱਸਿਆ ਨਹੀਂ ਸਾਡੇ ਕੋਲੇ ਐਜਾ ਤਰੀਕਾ ਨਹੀਂ ਹੈਗਾ ਤੇ ਨਾ ਅਸੀਂ ਇਹੋ ਜਿਹਾ ਦਿਮਾਗ ਯੂਜ਼ ਕਰੀਏ ਮੈਂ ਤੇਰਾ ਦਿਮਾਗ ਵੇਖ ਲਿਆ ਤੂੰ ਸਵਾਹ ਪਾਈਆਂ ਸਾਰੇ ਸ਼ਹਿਰ ਦੀਆਂ ਕੋਠੀਆਂ ਹੈ ਮੈਨੂੰ ਤਾਂ ਕਿਧਰੋਂ ਤੂੰ ਠੇਕੇਦਾਰ ਲੱਗਿਆ ਨਹੀਂ ਚੱਜ ਦਾ ਮੈਡਮ ਹੁਣ ਗਲਤੀ ਹੋ ਗਈ ਹੁਣ ਮੈਂ ਦੱਸ ਕੀ ਕਰਾਂ ਹੁਣ ਪੰਗਾ ਹੀ ਹੋ ਗਿਆ ਹਾਂ ਪੰਗਾ ਹੋ ਗਿਆ ਤਾਂ ਮੈਂ ਤਾਂ ਭਾਈ ਜਾਂ ਤਾਂ ਪੁਲਿਸ ਕੰਪਲੇਂਟ ਕਰੂੰਗੀ ਠੀਕ ਹੈ ਜਾਂ ਤਾਂ ਮੇਰਾ ਸਾਰਾ ਜਿਹੜਾ ਰੋੜੀ ਬਜਰੀ ਦਾ ਪੈਸਾ ਲੱਗਿਆ ਇਹ ਇੱਧਰ ਢਾ ਕੇ ਤੇ ਨਹੀਂ ਤਾਂ ਮੈਂ ਤਾਂ ਤੇਰੀ ਕੰਪਲੇਂਟ ਕਰਕੇ ਪੁਲਿਸ ਦੇ ਵਿੱਚ ਦਰਖਾਸਤ ਦੇਉਂਗੀ ਮੈਡਮ ਪੁਲਿਸ ਤੇ ਨਾ ਜਾਇਓ ਆਥੋਂ ਮੈਂ ਚਲੇ ਕੇ ਇੱਥੇ ਕਰਦਾ ਆ ਥੋੜੇ ਆ ਲੈ ਇੱਥੇ ਤੁਸੀਂ ਬਣਾ ਲਓ ਹੂੰ ਉਸ ਤੇ ਫਿਰ ਉਹ ਤਾਂ ਜਰਮਨ ਚ ਬੈਠੇ ਮੈਂ ਕਬਜਾ ਕਰ ਲਾਂ ਲੱਤਾ ਮੈਂ ਹੀ ਤੋੜ ਦੂੰਗੀ ਤੇਰੀਆਂ ਕਬਜਾ ਕਰ ਲਾਂ ਨਹੀਂ ਉਹ ਤਾਂ ਉਹਨਾਂ ਨੂੰ ਕਿਹੜਾ ਪਤਾ ਉਹ ਜਰਮਨ ਚ ਬੈਠੇ ਤੁਹਾਨੂੰ ਸੰਭਾਲ ਕੇ ਤੁਹਾਨੂੰ ਸੰਭਾਲ ਕੇ ਗਏ ਹੋਏ ਆ ਫਿਰ ਕੀ ਆ ਮੇਰੇ ਤੋਂ ਵੀਡੀਓ ਕਾਲ ਕਰਵਾ ਕੇ ਦੇਖਣਗੇ ਨਾ ਕਹਿਣਗੇ ਕਿ ਮੈਡਮ ਮੇਰਾ ਜਦੋਂ ਅਸੀਂ ਕੋਈ ਰਿਸ਼ਤੇਦਾਰ ਆਪਦੇ ਵਿੱਚ ਤੇ ਉਹ ਕਹਿਣਗੇ ਭਾਈ ਤੁਸੀਂ ਸਾਨੂੰ ਸਾਡਾ ਵਿਖਾਇਓ ਪਲਾਟ ਇੱਕ ਵਾਰੀ ਉਥੇ ਅਸੀਂ ਕੋਠੀ ਚਿੰਕੇ ਰੱਖਤੀ ਹੈ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਉਹ ਵੀਡੀਓ ਕਾਲ ਕਰਕੇ ਤਾਂ ਮੈਂ ਤੁਹਾਨੂੰ ਵੀ ਦਿਖਾਉਂਦਾ ਰਿਆਂ ਸਾਰਾ ਪਰ ਮੈਂ ਇਧਰਲੀ ਜਗਾ ਨਹੀਂ ਦਿਖਾਈ ਮੈਂ ਸੋਚਿਆ ਵੀ ਕਿਤੇ ਆਹੀ ਆਹ ਗਲਤੀ ਹੋ ਗਈ ਮੇਰੇ ਤੋਂ ਆ ਜਗਾ ਦਿਖਾ ਦਿੰਦਾ ਤਾਂ ਫੇਰ ਆ ਰੋਲਾ ਹੀ ਨਾ ਪੈਂਦਾ ਇਹ ਤਾਂ ਤੂੰ ਸਭ ਤੋਂ ਵੱਡਾ ਰੋਲਾ ਪਾਇਆ ਭਾਈ ਇਹ ਨਹੀਂ ਇਹ ਗੱਲ ਨਹੀਂ ਬਣਦੀ ਕਿ ਤੇ ਮੇਰੀ ਗੱਲ ਸੁਣੋ ਇਹ ਤਾਂ ਹੁਣ ਬਸ ਵਾਦਾ ਘਾਟਾ ਜਿਹੜਾ ਤੂੰ ਕੀਤਾ ਉਹ ਤੈਨੂੰ ਹੀ ਜੁਰਮਾਨਾ ਲੱਗੂਗਾ ਆ ਨਗਰੀ ਬੰਦਾ ਹੈ ਗਰੀਬ ਬੰਦਾ ਤਾਂ ਮੈਂ ਕੀ ਕਰੀਏ ਮੈਂ ਕਿੱਥੋਂ ਲਿਆਉਂਗਾ ਹਾਂ ਪੈਸੇ ਕਿੱਥੋਂ ਲੈ ਕੇ ਆ ਅਸੀਂ ਨਹੀਂ ਇਸ ਚੀਜ਼ ਨੂੰ ਜਾਣਦੇ ਉਹ ਤਾਂ ਉਹ ਜਰਮਨ ਵਾਲੇ ਨਹੀਂ ਦੇਖਦੇ ਇੱਥੇ ਬਣਾ ਲਓ ਤੁਸੀਂ ਕਿਉਂ ਬਣਾ ਲਈਏ ਇੱਥੇ ਅਸੀਂ ਡਬਲ ਹੋ ਜੂ ਥੋੜੀ ਕਿਉਂ ਡਬਲ ਹੋ ਜੂ ਤੂੰ ਮੈਂ ਰੱਖ ਲੈਣਾ ਉਹਨੂੰ ਹਾਂ ਤੂੰ ਰੱਖ ਲੈ ਜੇ ਤੈਨੂੰ ਨਹੀਂ ਡਰ ਲੱਗਦਾ ਤਾਂ ਅਗਲੇ ਤੋਂ ਤੂੰ ਰੱਖ ਲੈ ਜੇ ਆਪਦੀ ਸਾਰੀ ਉਮਰ ਜੇਲ੍ਹ ਦੇ ਵਿੱਚ ਛੜਨਾ ਹੈ ਨਾ ਤਾਂ ਤੂੰ ਰੱਖ ਲੈ ਭਾਈ ਤੂੰ ਰੱਖ ਲੈ ਐ ਨਾ ਕਰੋ ਮੈਡਮ ਮੈਂ ਤਾਂ ਮੈਨੂੰ ਨਹੀਂ ਪਤਾਗਾ ਮੈਂ ਹੁਣ ਇਹਦੇ ਖਿਲਾਫ ਹੋ ਗਈਆਂ ਤੇ ਤੂੰ ਆਪ ਦਾ ਇਹ ਸਾਰਾ ਜਿਹੜਾ ਕਰਿਆ ਨਾ ਧਰਿਆ ਇਹ ਆਪਦੇ ਆਪ ਨਿਪਟ ਹੋਣ ਤੂੰ ਮੇਰੀ ਗੱਲ ਸੁਣ ਲੈ ਜਾਂ ਤਾਂ ਤੂੰ ਕੰਨ ਖੋਲ ਕੇ ਪੂਰੀ ਆ ਸਾਰਾ ਜਿਹੜਾ ਮੇਰਾ 1 ਕਰੋੜ ਰੁਪਿਆ ਲੱਗਿਆ ਜਾਂ ਤਾਂ ਮੈਨੂੰ ਮੇਰਾ ਪੈਸਾ ਮੋੜ ਦੇ ਵਾਪਸ ਤੇ ਨਹੀਂ ਤਾਂ ਸਾਰਾ ਸਮਾਨ ਇੱਧਰ ਚੱਕ ਕੇ ਤੇ ਇੱਥੇ ਪਾ ਦੇ ਮਕਾਨ ਸਾਡਾ ਠੀਕ ਹੈ ਨਾ ਤੇ ਮੈਂ ਨਹੀਂ ਤਾਂ ਥਾਣੇ ਚੱਲੀ ਆ ਬਸ ਇਹ ਲਾ ਲੈ ਸਭ ਤੂੰ ਉਹ ਮੈਡਮ ਇਹ ਤਾਂ ਹੁਣ ਮੈਂ ਮੈਂ ਗਰੀਬ ਬੰਦਾ ਹੁਣ ਕਿੱਥੋਂ ਕਰੂੰਗਾ ਦੱਸ ਮੈਨੂੰ ਮੇਰੇ ਤੋਂ ਗਲਤੀ ਨਹੀਂ ਹੋਈ ਚਾ ਕੋਈ ਗੱਲ ਨਹੀਂ ਆ ਮੇਰੇ ਭਲਾ ਤੂੰ ਮਰਜ਼ੀ ਕਰ ਤੇ ਕਿੱਥੋਂ ਨਾ ਕਰ ਮੈਂ ਚੱਲੀ ਆ ਥਾਣੇ ਠੀਕ ਹੈ ਨਾ ਬਸ ਮੈਡਮ ਤੁਹਾਡੇ ਅੱਗੇ ਹੱਥ ਬੰਦ ਆ। ਨਹੀਂ ਨਹੀਂ ਮੈਨੂੰ ਕੋਈ ਜ਼ਰੂਰਤ ਨਹੀਂ ਹੈਗੀ। ਐ ਨਾ ਕਰੋ ਕੋਈ ਗੱਲ ਨਹੀਂ ਮੈਂ ਮੈਂ ਕੱਟਦਾ ਇਹਦਾ ਕੋਈ ਸੋਲੂਸ਼ਨ ਕੋਈ ਗੱਲ ਨਹੀਂ ਹੈ। ਕੀ ਸੋਲੂਸ਼ਨ ਕੱਢੇਗਾ ਤੂੰ ਦੱਸ? ਹੈ? ਕੱਟਦੇ ਆ। ਇੱਥੋਂ ਆਪ ਐ ਕਰਦੇ ਆ ਨਾ ਥੋ ਲੋ ਜੈਕ ਲਵਾ ਕੇ ਆ ਜੈਕਾਂ ਵਾਲੇ ਹੁੰਦੇ ਆ ਤੇ ਉਹ ਇਧਰ ਕਰ ਦੇਣਗੇ ਸਾਰੇ ਮਕਾਨ ਨੂੰ ਚੱਕ ਕੇ। ਐਂ ਜੈਕ ਲਵਾ ਕੇ ਤੂੰ ਕਿਵੇਂ ਕਰ ਦੇਂਗਾ? ਉਹ ਚੱਕਿਆ ਜਾਂਦਾ ਅੱਜ ਕੱਲ੍ਹ ਆ ਪੰਜਾਬ 'ਚ ਸਾਰੇ ਜੈਕਾਂ ਵਾਲੇ ਫਿਰਦੇ ਆ ਮਿੰਟ 'ਚ ਐ ਜੈਕ ਵਾਲੇ ਨਾਲ ਮਕਾਨ ਚੱਕ ਕੇ ਇਧਰ ਕਰ ਦਿੰਦੇ ਹੁੰਦੇ ਆ। ਪਰ ਅਸੀਂ ਜੈਕ-ਜੁਕ ਲਵਾ ਕੇ ਅਸੀਂ ਨਹੀਂ ਐਂ ਕਰਾਉਣਾਗਾ। ਠੀਕ ਹੈ ਨਾ ਮ ਜੈਕ ਲਵਾ ਕੇ ਉਹ ਜੈਕ ਲਵਾ ਕੇ ਮਹਾ ਸੀਮਿੰਟ ਚਾਉਂਦਾ ਨਹੀਂ ਮੈਂ ਜਦੋਂ ਜੈਕ ਵਾਲਾ ਕੰਮ ਹੀ ਨਹੀਂ ਕਰਨਾ ਉਧਰ ਛਕਵਾ ਕੇ ਦੇਵਾ ਦੇ ਨਾਲੇ ਤੈਨੂੰ ਜਿਹੜਾ ਅਸੀਂ ਨਕਸ਼ਾ ਦਿੱਤਾ ਸੀ ਉਹ ਨਕਸ਼ੇ ਦੇ ਹਿਸਾਬ ਨਾਲ ਤੇ ਘਰ ਹੀ ਨਹੀਂ ਹੈ ਗਿਆ ਓਏ ਨਕਸ਼ਾ ਮੈਂ ਦੇਖ ਬੈਠਾ ਆਂ ਦੇਖ ਬੈਠਾ ਉਹ ਕੰਕਰ ਤੇ ਮਿਸਤਰੀਆਂ ਨੇ ਖਰਾਬ ਕਰਤਾ ਮੇਰੇ ਧਿਆਨ ਨਹੀਂ ਰਿਹਾ ਹਾ ਮਿਸਤਰੀਆਂ ਨੇ ਖਰਾਬ ਕਰਤਾ ਨਾ ਪਈ ਤਾਂ ਹੁਣ ਤੂੰ ਖੁਦ ਭੁਗਤ ਹੈ ਮੈਂ ਜੈਕ ਲਵਾ ਕੇ ਆਇਆ ਤੂੰ ਥਾਣੇ ਥੂਨੇ ਨਾ ਜਾਓ ਐ ਨਾ ਕਰੋ ਹਾਂ ਮੈਂ ਤਾਂ ਜੈਕ ਜੁਕ ਲਵਾ ਕੇ ਮੈਂ ਆਪਦਾ ਕੰਮ ਨਹੀਂ ਕਰਾ ਆ ਸਾਰੇ ਮਕਾਨ ਸਾਰੇ ਮੇਰੇ ਬਣਾਈ ਹੋਏ ਆ ਐਨਾ ਕਰੋ ਤੇਰੇ ਬਣਾਏ ਹੋਣੇ ਐਸ ਦੇ ਵਿੱਚ ਤੂੰ ਰੇ ਖੁਸ਼ ਭਈ ਠੀਕ ਹੈ ਨਾ ਪਲਾਵ ਦਾ ਸਾਢੇ ਪੰਜ ਤੋਂ 70 ਕੋਠੀਆਂ ਬਣਾਤੀਆਂ 70 ਪਲਾਟ ਬਣਾਤੇ 70 ਘਰ ਬਣਾਤੇ ਪਰ ਸਾਡੇ ਘਰ ਦਾ ਸਤਿਆਨਾਸ਼ ਕਰਤਾ ਨਾ ਤੂੰ ਉਹ ਚੱਲ ਕੋਈ ਗੱਲ ਨਹੀਂ ਐ ਐ ਨਾ ਕਰੋ ਐ ਕਿਵੇਂ ਨਾ ਕਰਾਂ ਮੈਂ ਆ ਸਾਰੇ ਹੁਣ ਮੇਰੀ ਬੇਇੱਜ਼ਤੀ ਹੋਊਗਾ ਸਾਰੇ ਦੇਖਦੇ ਐਂਡ ਗਵਾਂਡ ਵਾਲੇ ਇਹ ਕਹਿਣਗੇ ਕੰਜਰ ਦਾ ਤਜ ਦਾ ਮਿਸਤਰੀ ਨਹੀਂ ਹੈਗਾ ਮੈਂ ਚੱਲਨੀ ਆ ਥਾਣੇ ਬਸ ਮੈਂ ਥਾਣੇ ਜਾ ਰਹੀ ਹਾਂ ਉਹ ਉਹ ਮੈਡਮ ਉਹ ਖੜੋ ਤਾਂ ਸਹੀ ਨਹੀਂ ਨਹੀਂ ਮੈਂ ਚੱਲਨੀ ਆ ਥਾਣੇ ਉਹ ਸਾਡਾ ਕਰੋੜ ਰੁਪਏ ਦਾ ਨੁਕਸਾਨ ਕਰਤਾ ਹੁਣ ਤੈਨੂੰ ਪੁਲਿਸ ਦੇ ਵਿੱਚ ਫੜਾ ਕੇ ਨਾ ਫੇਰ ਹੀ ਪਤਾ ਲੱਗੂਗਾ। ਉਹ ਮੈਡਮ ਜੀ ਰੁਕੋ ਤਾਂ ਸਹੀ। ਉਹ ਮੈਡਮ ਇੱਕ ਮਿੰਟ ਰੁਕੋ ਰੁਕੋ ਰੁਕੋ। ਓਏ 1 ਮਿੰਟ ਰੁਕੋ ਸਹੀ ਆਜੋ 1 ਮਿੰਟ ਆਓ। ਉਹ ਤੁਸੀਂ ਮਕਾਨ ਤਾਂ ਦੇਖੋ। ਆਓ। ਤੁਸੀਂ ਤਾਂ ਫਟਾਫਟ ਥਾਣੇ ਨੂੰ ਭੱਜ ਲੇ। ਓਏ 1 ਮਿੰਟਾ ਬਣਿਆ ਹੈ ਮਕਾਨ ਤਾਂ ਦੇਖੋ ਕਿਵੇਂ ਡਿਜ਼ਾਈਨ ਅੱਡੀ ਤਰ੍ਹਾਂ ਦਾ ਡਿਜ਼ਾਈਨ ਹੈ। ਐਸ ਕਲੋਨੀ ਦੇ ਵਿੱਚ ਇਹੋ ਜਿਹਾ ਡਿਜ਼ਾਈਨ ਹਜੇ ਤੱਕ ਨਹੀਂ ਕਿਸੇ ਨੇ ਬਣਾਇਆ। ਹਾਂ। ਦੇਖੋ ਤਾਂ ਸਹੀ। ਨਾ ਮੈਂ ਸਿਰ ਸਿਰਚ ਮਾਰਨਾ ਮੈਂ ਸਵਾਹ ਕਰਨਾ। ਹੈਂ ਤੂੰ ਸਾਡਾ ਲੱਖੀ ਕਰੋੜੀ ਦਾ ਨੁਕਸਾਨ ਕਰ ਲਿਆ ਜਿੰਨੇ ਪੈਸੇ ਤੂੰ ਮੰਗਦਾ ਸੀ ਉਹਨੇ ਤੈਨੂੰ ਪੈਸੇ ਦੇ ਦਿੰਦੀ ਸੀ ਮੈਂ ਕਦੇ ਕਹਿ ਦਿੰਦਾ ਸੀ ਮੈਡਮ 20 ਲੱਖ ਪਾਓ ਕਦੇ ਕਹਿ ਦਿੰਦਾ ਸੀ ਮੈਡਮ 25 ਲੱਖ ਪਾਓ ਕਦੇ ਕਹਿ ਦਿੰਦਾ ਸੀ 30 ਲੱਖ ਪਾਓ ਕਿਉਂ ਸਾਡੇ ਅੱਖਾਂ ਨਾਲ ਪੈਸੇ ਲੱਗੇ ਹੋਏ ਤੁਸੀਂ ਮੈਡਮ ਅੰਦਰ ਜਾ ਕੇ ਦੇਖੋਗੇ ਨਾ ਤੁਹਾਨੂੰ ਪਸੰਦ ਆ ਜਾਊਗਾ ਉਸੇ ਟਾਈਮ ਨਾ ਅੰਦਰ ਜਾ ਕੇ ਮੈਂ ਕੀ ਦੇਖ ਲਾਂ ਹੁਣ ਉਹਦਾ ਕੀ ਦੇਖ ਲਾਂ ਨੁਕਸਾਨ ਤਾਂ ਤੂੰ ਸਾਡਾ ਕਰਤਾ ਨਾ ਹੈ ਓਏ ਜੈਕਾਂ ਨਾਲ ਚਕਵਾ ਕੇ ਇੱਧਰ ਕਰਵਾ ਦੇਾਂਗੇ ਨਾ ਤੇ ਉਹ ਜੈਕਾਂ ਦੇ ਪੈਸੇ ਕੌਣ ਦੇਊ ਲੋਕ ਕਿੱਲਾ ਕਿੱਲਾ ਦੂਰ ਲੈ ਜਾਂਦੇ ਐ ਜੈਕ ਇਹੋ ਜੇ ਆ ਰਹੇ ਨੇ ਅੱਜ ਕੱਲ ਚੱਕ ਕੇ ਜਿੱਥੇ ਮਰਜ਼ੀ ਲੈ ਜਾਓ ਮਕਾਨ ਨੂੰ ਨਹੀਂ ਤੇ ਫਿਰ ਉਹਨਾਂ ਦਾ ਪੈਸਾ ਕੌਣ ਭਰੂ ਜੈਕਾਂ ਦਾ ਅਸੀਂ ਜਦੋਂ ਜੈਕਾਂ ਤੇ ਕੰਮ ਇਹੋ ਜਿਹਾ ਕਰਨਾ ਹੀ ਨਹੀਂ ਨਾਲੇ ਤਾਂ ਤੈਨੂੰ ਫालतू ਮੈਂ ਵਿਖੇ ਉਹ ਜੈਕਾਂ ਤੇ ਇੱਧਰ ਉੱਧਰ ਇੱਧਰ ਉੱਧਰ ਕਰਦੇ ਫਿਰ ਉਹ ਕਿਉਂ ਉਹ ਪੈਸਾ ਤਾਂ ਹੁਣ ਤੁਸੀਂ ਲਾਓਗੇ ਹੁਣ ਮੇਰੇ ਕੋਲ ਤਾਂ ਕਿੱਥੋਂ ਆਇਆ ਇੰਨਾ ਅੱਛਾ ਪੈਸਾ ਵੀ ਹੁਣ ਜੈਕਾਂ ਵਾਲਾ ਵੀ ਤੈਨੂੰ ਅਸੀਂ ਦੇਵਾਂਗੇ ਹੈ ਤੂੰ ਸਾਨੂੰ ਕਮਲੇ ਲੱਭ ਰੱਖੇ ਮੈਡਮ ਇਸ ਤਰ੍ਹਾਂ ਹੋ ਜਾਂਦਾ ਹੁੰਦਾ ਦੇਖੋ ਪਤਾ ਕਿ ਹੁਣ ਮੇਰੀ ਮਾਰਕੀਟ ਤੁਸੀਂ ਹੁਣ ਗਲੀ ਦੇ ਵਿੱਚ ਖੜਕੇ ਮੇਰਾ ਤਮਾਸ਼ਾ ਕਰੀ ਜਾਂਦੇ ਹੋ ਮੈਂ ਮੈਂ ਤਾਂ ਤੇਰਾ ਤਮਾਸ਼ਾ ਕੱਢੂ ਮੇਰੀ ਮਾਰਕੀਟ ਖਰਾਬ ਹੁੰਦੀ ਹੈ ਮੈਂ ਤਾਂ ਤੇਰਾ ਜਲੂਸ ਪਿੰਡੀ ਪਿੰਡੀ ਕੱਢੂ ਸ਼ਹਿਰ ਸ਼ਹਿਰੀ ਕੱਢੂ ਠੀਕ ਹੈ ਨਾ ਜਿਹੜਾ ਤੂੰ ਸਾਡਾ ਨੁਕਸਾਨ ਕਰਵਾਇਆ ਅਸੀਂ ਤਾਂ ਅੱਖਾਂ ਬੰਦ ਕਰਕੇ ਚੱਲ ਤੇਰੇ ਤੇ ਵਿਸ਼ਵਾਸ ਕਰ ਲਿਆ ਠੀਕ ਹੈ ਤੇ ਤੂੰ ਸਾਨੂੰ ਆਥੀਲਾ ਦਿੱਤਾ ਤੂੰ ਤਾਂ ਸਾਡੇ ਜੁੰਡਮ ਜੁੰਡੀ ਪਟਵਾਤੇ ਨਾ ਨਾਲ ਪੜੋਥੀਆਂ ਦੇ ਸਾਡੇ ਗਵੰਡੀਆਂ ਦੇ ਹੈ ਤੂ ਤਾਂ ਸਾਡੇ ਮੂੰ ਮੋਟੇ ਕਰਵਾਤੇ ਡਾਂਗਾ ਹੁਣ ਸਾਡੇ ਪਹਿਲ ਤੇ ਦੂਜਿਆਂ ਦੇ ਨਾਂ ਨਿਕਣਾ ਜਰਮਨ ਚੋਂ ਆਉਣਾ ਜਾਂ ਆਏ ਨਹੀਂ ਫੋਨ ਨੂੰ ਸੁਮਾਲਿਆ ਹੋਇਆ ਸੀ ਪਲਾਟ ਉਹ ਤੇ ਹਜੇ ਤੱਕ ਨਹੀਂ ਆਇਆ ਨਾ ਕਿਸੇ ਨੇ ਪੁੱਛਿਆ ਆਂਡ ਗਵਾਂਡ ਦੇ ਵਿੱਚ ਆਂਡ ਗਵਾਂਡ ਵਾਲਿਆਂ ਨੂੰ ਪਤਾ ਹੀ ਨਹੀਂ ਵੀ ਕਿਹਦਾ ਪਲਾਟ ਹੈ ਕਿਉਂ ਨਹੀਂ ਪਤਾ ਰਜਿਸਟਰੀ ਤਾਂ ਅਗਲਿਆਂ ਕੋਲੇ ਹੈ ਨਾ ਆਂਡ ਗਵਾਂਡ ਨੂੰ ਪਤਾ ਨਹੀਂ ਹੈਗੇ ਆਂਡ ਗਵਾਂਡ ਵਾਲੇ ਥੋੜਾ ਹੀ ਸਮਝਦੇ ਐ ਸਾਡਾ ਸਮਝਦੇ ਆ ਤਾਂ ਫੇਰ ਇਹ ਤੂੰ ਨਾ ਆਵਦੀ ਹੈ ਜਿਹੜੀ ਅਕਲ ਹੈ ਇਹ ਆਪਦੇ ਕੋਲੇ ਰੱਖ ਮੈਨੂੰ ਦੇਣ ਦੀ ਲੋੜ ਨਹੀਂ ਹੈਗੀ ਇਹੋ ਜੀ ਅਕਲ ਤੇਰੀ ਇੱਟ ਇੰਡੀਆ ਚਾ ਦੁਨੀਆ ਬੇਇਮਾਨੀ ਕਰੀ ਜਾਂਦੀ ਹੈ ਦੋਏ ਰੱਖ ਲੋ ਇਹਨੂੰ ਵੀ ਰੱਖ ਲੋ ਉਨੂੰ ਵੀ ਰੱਖ ਲੋ ਕਿਉਂ ਰੱਖ ਲਈਏ ਨਾ ਉਹਨੇ ਤਾਂ ਅੱਖ ਬੰਦ ਕਰਕੇ ਸਾਡੇ ਤੇ ਵਿਸ਼ਵਾਸ ਕਰ ਰੱਖਿਆ ਸੀਗਾ ਤੇ ਅਸੀਂ ਉਹਦੇ ਪਲਾਟ ਦੇ ਵਿੱਚ ਆਪਦਾ ਘਰ ਬਣਾ ਕੇ ਵੈਜ ਗਏ ਸਾਡੇ ਤੋਂ ਤਾਂ ਘਟਿਆ ਬੰਦਾ ਕੋਈ ਨਹੀਂ ਹੋਣਾ ਹੈ ਉਹ ਬਰਾਬਰ ਦਾ ਐ ਮੈਂ ਤਾਂ ਐ ਤਾਂ ਮੈਂ ਤਾਂ ਐ ਕਹਿਣਾ ਵੀ ਹੁਣ ਚਲੋ ਹੋ ਗਈ ਗਲਤੀ ਫਟਾ ਕੇ ਤੇ ਗਲਤੀ ਤੂੰ ਕੀਤੀ ਹੈ ਨਾ ਇਹ ਗਲਤੀ ਅਸੀਂ ਤਾਂ ਨਹੀਂ ਕੀਤੀ ਨਾ ਹੈ ਇਹ ਗਲਤੀ ਜਿਹੜਾ ਬੰਦਾ ਕਰੂਗਾ ਉਹੀ ਭੁਗਤੂਗਾ ਫਿਰ ਮੈਡਮ ਮੈਂ ਤਾਂ ਹੁਣ ਇੰਨਾ ਅਮੀਰ ਨਹੀਂ ਹੈਗਾ ਵੀ ਜਿਹੜਾ ਇੰਨਾ ਪੈਸਾ ਹੁਣ ਭਰ ਕੇ ਫੇਰਦਵਾਰ ਇਹ ਇਧਰ ਤੁਹਾਡਾ ਖੜਾ ਕਰਦਾ ਇੰਨਾ ਮਕਾਨ ਚਾਰ ਮੰਜ਼ਲਾ ਨਾ ਤੇ ਅਸੀਂ ਬੜੇ ਅਮੀਰ ਤੂੰ ਸਾਨੂੰ ਅਮੀਰ ਬਣਾਈ ਬੈਠਾ ਜਿਹੜਾ ਪਰ ਕੈਨੇਡਾ ਚ ਰਹਿੰਦੇ ਹੋ ਇੰਨਾ ਪੈਸਾ ਥੋਡੇ ਕੋਲੇ ਫੇਰ ਕੀ ਹੋ ਗਿਆ ਹਾਂ ਬਾਤ ਚੱਲ ਮੈਂ ਤੈਨੂੰ ਲੈ ਚੱਲਾਂ ਕੈਨੇਡਾ ਉੱਥੇ ਤੂੰ ਕੰਮ ਕਰਕੇ ਵਿਖਾਈ ਫੇਰ ਤੈਨੂੰ ਲੱਗੂ ਪਤਾ ਉੱਥੇ ਜੇ ਕਿਸੇ ਦਾ ਮਕਾਨ ਤੂੰ ਐ ਬਣਾਤਾ ਨਾ ਤੇਰੀਆਂ ਭਮੀਰੀਆਂ ਕਮਾ ਦੇਣਗੇ ਤੇਰੀਆਂ ਭਮੀਰੀਆਂ ਹੁਣ ਮੈਨੂੰ ਨਹੀਂ ਪਤਾ ਲੱਗ ਸਕਿਆ ਮੈਂ ਨਕਸ਼ੇ ਨੂੰ ਥੋੜਾ ਜਿਹਾ ਐਂ ਦੀ ਬਜਾਏ ਐਂ ਦੇਖ ਲਿਆ ਤੇ ਤਾਂ ਕਰਕੇ ਮੈਂ ਐ ਐ ਪਲਾਟ ਤੇ ਮੇ ਤੁਹਾਨੂੰ ਭੁੱਲ ਹੋ ਗਈ ਏ ਮੈਂ ਭੁੱਲ ਨਹੀਂ ਜਾ ਸਮਝਦੀ ਸਾਡਾ ਜਿਹੜਾ ਇਸ ਤੇ ਵੀ ਇੰਦੇ ਤੇ ਲੱਗਿਆ ਜਿੰਨਾ ਪਾਇਆ ਮੈਨੂੰ ਲੱਗਦਾ ਮੈਨੂੰ ਲੱਗਦਾ ਕਰੋੜ ਰੁਪਇਆ ਲੱਗ ਗਿਆ ਹੋਣਾ ਸਾਡਾ ਇਸ ਤੇ ਤੂੰ ਮੈਂ ਹਜੇ ਕਾਪੀ ਤੇ ਲਿਖਿਆ ਮੈਂ ਪਲਾਟ ਸਮੇਤ ਕਹੀ ਜਾਂਦੀ ਆ ਵੀ ਪਲਾਟ ਸਮੇਤ ਕਰੋੜ ਰੁਪਇਆ ਲੱਗ ਗਿਆ ਹਾਂ ਪਲਾਟ ਸਮੇਤ ਐ ਐ ਹੁਣ ਐ ਹੁਣ ਜਿਆਦਾ ਨਾ ਹਾਂ ਵੀ ਸਾਡੇ ਵੀ ਹਾਂ ਕਰੋੜ ਰੁਪਏ ਤੋਂ 90 ਮੇ ਰੁਪਏ ਕਰੋੜ ਰੁਪਏ ਨੁਕਸਾਨ ਹੋ ਗਿਆ ਤਾਂ ਨੁਕਸਾਨ ਹੋ ਗਿਆ ਤਾਂ ਹਰਜਾਨਾ ਕੌਣ ਭਰੂਗਾ ਤੂੰ ਹੀ ਭਰੇਗਾ ਨਾ ਭਾਈ ਹੁਣ ਹਰਜਾਨਾ ਤਾਂ ਹੁਣ ਤੁਸੀਂ ਅਮੀਰ ਬੰਦੇ ਹੋ ਫਿਰ ਫਿਰ ਕੀ ਗੱਲ ਹੋਗੀ ਨਾ ਅਸੀਂ ਕਿੰਨੇ ਕ ਅਮੀਰ ਆ ਗਏ ਅਮੀਰ ਉਹਦੋਂ ਤੋਂ ਮੰਗ ਲੈਂਦਾ ਅਸੀਂ 4 ਲੱਖ ਪਾਓ 5 ਲੱਖ ਪਾਓ 10 ਲੱਖ ਪਾਓ ਤਾਂ ਫਿਰ ਭਾਈ ਮੈਂ ਤਾਂ ਲੇਬਰ ਹੁਣ ਨੂੰ ਦੇਣੇ ਸੀ ਉਹ ਸੜਕੀ ਖਰੀਦਿਆ ਪੁੱਤ ਤੂੰ ਸਾਰਾ ਸਾਰਾ ਨੁਕਸਾਨ ਕੀਤਾ ਇਹ ਪਰ ਭਾਈ ਤੂੰ ਖੁਦ ਕਰੇਗਾ ਸਰੀਆ ਵੀ ਖਰੀਦਿਆ ਤਾਂ ਸਾਰਾ ਕੋਲ ਮੈਂ ਕਿੱਥੋਂ ਪਾਵਾਂਗਾ ਕਦੇ ਕੰਦਾ ਉਹਨੂੰ ਵਿੱਚ ਜਾ ਕੇ ਦੇਖੋ ਕਦੇ ਕੰਦਾ ਮੈਨੂੰ ਬਾਹਰ ਜਾ ਕੇ ਦੇਖੋ ਮੈਂ ਉਹਦਾ ਵਿੱਚ ਜਾ ਕੇ ਉਹਦਾ ਕੀ ਦੇਖਾ ਜਦੋਂ ਸਾਡਾ ਘਰ ਹੀ ਨਹੀਂ ਹੈਗਾ ਤੁਸੀਂ ਅੰਦਰ ਜਾ ਕੇ ਉਹ ਡਿਜ਼ਾਈਨ ਦੇਖੋ ਕਿਉਂ ਮੈਂ ਜਾ ਕੇ ਵੇਖਾਂ ਅੰਦਰ ਜਾ ਕੇ ਡਿਜ਼ਾਈਨ ਤੂੰ ਸਾਡੇ ਸਾਰੇ ਘਰ ਦਾ ਸਤਿਆਨਾਥ ਪੈਥੇ ਦਾ ਕਰਤਾ ਸਾਰੇ ਦਾ ਹੈ ਜੈਕ ਜੁੱਕ ਲਾ ਕੇ ਨਾ ਮੈਂ ਇੱਧਰ ਲੈ ਕੇ ਜਾਂਦੀ ਮਕਾਨ ਨੂੰ ਨਾ ਮੈਂ ਉੱਧਰ ਲੈ ਕੇ ਜਾਂਦੀ ਮੈਂ ਬਸ ਥਾਣੇ ਚੱਲੀ ਆ ਜਾਂ ਤਾਂ ਤੂੰ ਇੱਕ ਗੱਲ ਕਹਿ ਦੇ ਪੈਥੇ ਦੀ ਸਾਡੀ ਹਾਮੀ ਭਰ ਦੇ ਪੂਰੀ ਜਿੰਨਾ ਤੂੰ ਪੈਸਾ ਇਸ ਤੇ ਲਾਇਆ ਉਹ ਸਾਡਾ ਸਾਰਾ ਪੈਸਾ ਵਾਪਸ ਮੋੜ ਦੇ ਤੇ ਮੈਂ ਨਹੀਂ ਤਾਂ ਚੱਲੀ ਆ ਥਾਣੇ ਬਸ ਇਹ ਸਮਝ ਲੈ ਹੂੰ ਤੂੰ ਕਿਵੇਂ ਕਰਨਾ ਹੈ ਜਿਸ ਗੱਲ ਤੇ ਤੂੰ ਰਾਜੀ ਹੁੰਨਾ ਉਹ ਕਰ ਲੈ ਤੇਰੀ ਕੰਪਲੇਂਟ ਕਰਾਂ ਪੁਲਿਸ ਦੇ ਵਿੱਚ ਜਾਂ ਪੈਸਾ ਦਿੰਨਾ ਹੈ ਤੇ ਸਾਡਾ ਮੈਡਮ ਜੀ ਤੇਰੇ ਅੱਗੇ ਹੱਥ ਬੰਦਾਂ ਕੰਪਲੇਂਟ ਕੰਬਲੂ ਨਾ ਕਿਉਂ ਕਰਦੇ ਹੋ ਮੇਰੇ ਅੱਗੇ ਹੱਥ ਨਾ ਬੰਨ ਤੂੰ ਮੇਰੇ ਅੱਗੇ ਮੇਰਾ ਪੈਸਾ ਮੋੜਦੇ ਪੁੱਠਾ ਸਾਰਾ ਤੂੰ ਇਹ ਨਾ ਸਮਝ ਕੇ ਵੀ ਇਹ ਜਰਾ ਉੱਥੇ ਬਾਹਰ ਬੈਠੀ ਹੈ ਤੇ ਇਹਦੇ ਕੋਲੇ ਇਹਨੇ ਬਸ ਇੱਥੇ ਕਿਹੜਾ ਹੁਣ ਇਹਨੇ ਰਹਿਣਾ ਇਹ ਤਾਂ ਇੱਥੇ ਦੇ ਕੇ ਮਕਾਨ ਤੇ ਫਿਰ ਵਾਪਸ ਚਲੀ ਜਾਊਗੀ ਹੈਨਾ ਮੈਂ ਆ ਥੋੜਾ ਜਿਹਾ ਇੱਕ ਪਾਸੇ ਓਟ ਜੇ ਚ ਹੋ ਜਾਉ ਮੈਂ ਤੁਹਾਡੇ ਪੈਰੀ ਹੱਥ ਲਾ ਦਿੰਦਾ ਮੈਂ ਪੈਰੀ ਹੱਥ ਕਿਉਂ ਲਵਾਉਂਦਾ ਸਾਰੀ ਦੁਨੀਆ ਦੇਖਦੀ ਆ ਹਾਂ ਉਹ ਕੀ ਆਹੀ ਮੈਂ ਤਾਂ ਮਾਫੀ ਮੰਗਦਾ ਸਰਦਾਂ ਜੀ ਤੁਹਾਡੇ ਤੋਂ ਹੈ ਐਦੋਂ ਮੁੜ ਕੇ ਮੈਂ ਨਹੀਂ ਆਹੋ ਜਿਹਾ ਗਲਤ ਕੰਮ ਕਰਦਾ ਜੀ ਚੱਲ ਮੈਂ ਚੱਲਨੀ ਆ ਥਾਣੇ ਜੇ ਤੂੰ ਪੈਸੇ ਨਹੀਂ ਮੋੜਦਾ ਨਾ ਤਾਂ ਮੈਂ ਜਾਣਨੀ ਆ ਥਾਣੇ ਉਹ ਮੈਡਮ ਜੀ ਮੈਂ ਇੱਕ ਮਿੰਟ ਰੁਕੋ ਮੈਂ ਤੁਹਾਡੇ ਪੈਰੀ ਹੱਥ ਲਾ ਦੇਣਾ ਕਿਉਂ ਨਾ ਕਰਦੇ ਹੋ ਮੈਂ ਤੇਰੇ ਪੈਰੀ ਹੱਥ ਤੂੰ ਕਿਉਂ ਲਾਏਂਗਾ ਮੈਂ ਕਿਉਂ ਲਾਵਾਂ ਮੈਂ ਇੱਥੋਂ ਪੈਰੀ ਹੱਥ ਮੇਰੇ ਕਿੰਨੇ ਕੰਮ ਚੱਲ ਰਹੇ ਆ ਤੁਸੀਂ ਐਂ ਨਾ ਕਰੋ ਮੈਂ ਤਾਂ ਇੱਕ ਇੱਕ ਬੰਦੇ ਨੂੰ ਕਹੂੰਗੀ ਕਿ ਇਹਨੇ ਸਾਡੇ ਸਾਰੇ ਘਰ ਦਾ ਸੱਤਿਆਨਾਸ਼ ਕਰਤਾ ਸਾਡਾ ਸਾਰਾ ਪੈਸਾ ਮੇਰਾ ਪਲਾਟ ਦੇ ਵਿੱਚ ਇਹਨੇ ਮਕਾਨ ਨਹੀਂ ਬਣਾਇਆ ਦੂਜੇ ਸਾਡੇ ਗਵਾਂਡੀਆਂ ਦੇ ਪਲਾਟ ਚ ਨੇ ਸਾਡਾ ਘਰ ਬਣਾਤਾ ਤੇ ਇਹੋ ਜਿਹਾ ਵਖੀ ਉਹ ਹੈਗਾ ਤੇਰਾ ਵਖੀ ਠੇਕੇਦਾਰ ਇਹ ਹੋ ਸਕਦਾ ਤੁਸੀਂ ਨਕਸ਼ਾ ਹੀ ਗਲਤ ਦਿੱਤਾ ਹੋਵੇ ਕਿਉਂ ਨਕਸ਼ਾ ਗਲਤ ਦਿੱਤਾ ਹਾਂ ਨਕਸ਼ਾ ਗਲਤ ਦਿੱਤਾ ਮੈਂ ਮੈਨਾਂ ਮਾਰੀ ਜੇ ਤੂੰ ਨਕਸ਼ਾ ਗਲਤ ਦਿੱਤਾ ਹੋਵੇ ਨਕਸ਼ਾ ਗਲਤ ਦਿੱਤਾ ਤੇਥੋਂ ਪਾਈ ਪਾਈ ਹੰਗਰਾ ਲੂੰਗੀ ਕਿਧਰੇ ਬਣਿਆ ਫਿਰਦਾ ਹੋਵੇਂ ਤੂੰ ਵੱਡਾ ਠੇਕੇਦਾਰ ਗਲਤ ਨਕਸ਼ਾ ਦੇ ਕੇ ਹੁਣ ਮੇਰੇ ਦਿਲ ਤੇ ਬੈਠੀ ਹੈ ਤੇਨੂੰ ਕੁਝ ਪਤਾ ਨਹੀਂ ਹੈ ਗਿਆ ਹੈ ਗਲਤ ਨਕਸ਼ਾ ਦੇ ਕੇ ਹੁਣ ਮੇਰੇ ਸਿਰ ਤੇ ਚੜੀ ਖੜੀ ਹੈ ਗਲਤ ਨਕਸ਼ਾ ਨਕਸ਼ਾ ਤਾਂ ਮੈਂ ਉੱਥੇ ਲੈ ਜੂ ਨਾ ਰਜਿਸਟਰੀ ਸਾਰੀ ਜਿਹੜੀ ਹੈਗੀ ਆਪਣੇ ਪਟਵਾਰੀ ਕੋਲੇ ਫਿਰ ਵੇਖੀ ਤਰੇ ਕਿਵੇਂ ਇੱਥੇ ਤਰੀ ਧੂਵੇ ਚ ਠੋਕ ਦੇ ਡੱਗਾ ਫਿਰ ਡਿਸਟਰੀ ਦਾ ਤੇਰੀ ਹੋ ਗਈ ਫਿਰ ਮੈਨੂੰ ਤਾਂ ਹੁਣ ਗਲਤ ਨਕਸ਼ਾ ਦਿੱਤਾ ਤੂੰ ਮੈਂ ਮੈਂ ਕਿਉਂ ਗਲਤ ਦੇਤਾ ਹਾਂ ਮੈਂ ਤਾਂ ਤੈਨੂੰ ਸਹੀ ਨਕਸ਼ਾ ਦਿੱਤਾ ਸੀਗਾ ਤੂੰ ਖੁਦ ਗਲਤ ਬਣਾਤਾ ਨਾਲੇ ਤੂੰ ਕਹਿੰਨਾ ਐ ਸੀਗਾ ਤੇ ਐਂ ਦੇਖ ਲੈ ਐਨੀ ਵੇਖਿਆ ਹੈ ਓਏ ਕੰਜਰ ਦੇ ਮਿਸਤਰੀਆਂ ਕੋਲੋਂ ਗਲਤੀਆਂ ਹੋ ਗਈ ਹੋਣੀ ਮੈਂ ਤਾਂ ਮੈਂ ਆਪ ਹੁੰਦਾ ਉਸ ਦਿਨ ਮੈਂ ਉਹ ਮੈਂ ਚਲਾ ਗਿਆ ਕਿਸੇ ਮਰਗਤ ਤੇ ਨਾ ਮਰਗ ਤੇ ਚਲਾ ਗਿਆ ਤਾਂ ਥੋੜੀ ਬਹੁਤ ਨੀ ਪੱਟੀ ਹੋਣੀ ਉਹਨੇ ਪੂਰਾ ਇੱਕ ਦਿਨ ਚਿੰਤਾ ਨਹੀਂ ਪੂਰਾ ਚਿੰਤਾ ਉਹ ਮੈਂ ਹੁਣ ਮੈਨੂੰ ਧਿਆਨ ਨਹੀਂ ਰਿਹਾ ਵੀ ਵਾ ਇਧਰ ਲੈ ਕੇ ਇਧਰ ਲਾ ਹਾਂ ਇਧਰ ਲੈ ਕੇ ਇਧਰ ਲਾ ਇਹ ਤਾਂ ਗੱਲ ਗਲਤ ਆ ਬਸ ਮੈਂ ਤਾਂ ਕੰਪਲੇਂਟ ਚੱਲੀ ਆ ਠੀਕ ਮੈਡਮ ਕਿਉਂ ਆਏ ਤੁਸੀਂ ਕਰਦੇ ਮੈਂ ਜਾ ਰਹੀ ਹਾਂ ਬਸ ਮੈਨੂੰ ਨਹੀਂ ਪਤਾਗਾ ਮੈਂ ਤੇਰੀ ਪੁਲਿਸ ਕੰਪਲੇਂਟ ਕਰੂੰਗੀ ਫੇਰ ਉਹੀ ਗੱਲ ਹੈ ਉਹੀ ਗੱਲ ਗੱਲ ਮੈਂ ਨਹੀਂ ਇਹ ਚੀਜ਼ ਸਮਝਦੀ ਮਹਾਂਤਰੀ ਬੀਟੀ ਵਾਲਾ ਕੰਮ ਆ ਮੇਰੇ ਸਾਰੇ ਕੰਮ ਠੱਪ ਹੋ ਜਾਣਗੇ ਤੁਹਾਡੇ ਜੇ ਮੈਂ ਕਰਦਾ ਤਾ ਹੋ ਜਾਣ ਤੂੰ ਤਾਂ ਸਾਡੇ ਕਰੋੜੋਂ ਦਾ ਨੁਕਸਾਨ ਕਰਤਾ ਨਾ ਹੋ ਜਾਣ ਪਲਾ ਸੱਤ ਠੀਕ ਹਾਂ ਹਾਂਜੀ ਹਾਜੀ ਸਤਿ ਸ੍ਰੀ ਅਕਾਲ ਦੋਸਤੋ ਸਤਿ ਸ੍ਰੀ ਅਕਾਲ ਜੀ ਤੇ ਤੁਹਾਨੂੰ ਸਾਡਾ ਇਹ ਕੰਟੈਂਟ ਜਾਂ ਕਨਸੈਪਟ ਕਿਵੇਂ ਲੱਗਿਆ ਮੈਂ ਹਮੇਸ਼ਾ ਕਹਿਣਾ ਹੁੰਨਾ ਹੂੰ ਤੇ ਜਰੂਰ ਦੱਸਿਓ ਹੂੰ ਜਰੂਰ ਦੱਸਿਆ ਜੀ ਜਰੂਰ ਤੇ ਕਿਸੇ ਦੀ ਜ਼ਮੀਨ ਦੇ ਉੱਤੇ ਇਸ ਤਰ੍ਹਾਂ ਕਬਜ਼ਾ ਕਰਨਾ ਗਲਤ ਗੱਲ ਹੈ ਬੇਸ਼ੱਕ ਚਾਹੇ ਉਹ ਬਾਹਰ ਬੈਠੇ ਇੱਧਰ ਸਾਡੇ ਹੋਰੇ ਸ਼ੋਰ ਐਸ ਕਰਕੇ ਅਸੀਂ ਜ਼ਿਆਦਾ ਨਹੀਂ ਬੋਲ ਸਕਦੇ ਤੇ ਥੈਂਕ ਯੂ ਸੋ ਮਾਚ ਜੀ